ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਇਹ ਹੈ ਮੇਰਾ ਪਾਕਿਸਤਾਨ ਐਂਡ ਸਿੱਖ ਪੀਰੀਅਡ ਫੁੱਟਸਟੈਪਸ ਦੇ ਨਾਲ ਮੈਂ ਆ ਜਾਇਆ ਹਾਂ ਮੋਜ਼ਾ ਅੰਬ। ਅੰਬ ਪਿੰਡ ਜਿਹੜਾ ਹੈ ਕੌਂਤਰੀਲਾ ਤੋਂ ਮਸ਼ਰਕ ਵਾਲੀ ਸਾਈਡ ਦੇ ਉੱਤੇ ਦੋਰਾ ਬਦਾਲ ਦੇ ਰਸਤੇ ਦੇ ਵਿੱਚ ਆਉਂਦਾ ਹੈ, ਔਰ ਇਹ ਜਗ੍ਹਾ ਜਿਹੜੀ ਹੈ ਇਹ ਸੁਆਵੇ ਤੋਂ ਜਿਹੜਾ ਚਕਵਾਲ ਰੋਡ ਨਿਕਲਦਾ ਹੈ ਜਾਂ ਜੇਹਲਮ ਤੋਂ ਚਕਵਾਲ ਰੋਡ ਜਾਂਦਾ ਹੈ ਉਸ ਦੇ ਉੱਤੇ ਵਾਕਿਆ ਹੈ। ਔਰ ਉਸ ਪਿੰਡ ਦੀ ਸਭ ਤੋਂ ਵੱਡੀ ਬੰਨ ਹੈ ਜਿਹਨੂੰ ਕਿ ਦੋ ਬੋਰਡਾਂ ਲਈ ਬੰਨ ਕਿਹਾ ਜਾਂਦਾ ਹੈ, ਔਰ ਇਸ ਪੀਰੀਅਡ ਦੇ ਵਿੱਚ ਬਣੀ ਹੈ। ਕੋਈ 350 ਤੋਂ 400 ਸਾਲ ਪੁਰਾਣੇ ਬੋਰਡ ਨੇ, ਔਰ ਇਹਨਾਂ ਨੇ ਨਹਿਰ ਪਾਇਆ ਪਿਆ ਇੱਥੇ। ਬਹੁਤ ਹੀ ਖੂਬਸੂਰਤੀ ਹੈ, ਬਹੁਤ ਪਿਆਰੀ ਜਗ੍ਹਾ ਹੈ, ਬਹੁਤ ਸ਼ਾਂਤ ਹੈ। ਪਰਿੰਦਿਆਂ ਦੀ ਕੂ ਕੂ ਔਰ ਕਵਿਆਂ ਦੀ ਆਵਾਜ਼ ਜਿਹੜੀ ਹੈ ਉਹ ਇੱਥੇ ਸੁਣਾਈ ਦੇ ਰਹੀ ਹੈ ਮੈਨੂੰ। ਪੱਖੂ ਹੀ ਪੱਖੂ ਨੇ, ਜੀਵ ਹੀ ਜੀਵ ਨੇ, ਹਰ ਪਾਸੇ ਬਹੁਤ ਪਿਆਰਾ ਲੱਗ ਰਿਹਾ ਹੈ ਮੰਦਰ ਸਾਰਾ ਜਿਹੜਾ ਮੈਨੂੰ ਦੇਖ ਕੇ। ਔਰ ਮੇਰੇ ਨਾਲ ਅੱਜ ਸਫ਼ਰ ਦਿੱਤੇ ਆਏ ਹੋਏ ਨੇ ਮਿਰਜ਼ਾ ਸਾਹਿਬ, ਮਿਰਜ਼ਾ ਬੇਗ ਸਾਹਿਬ ਨੇ ਮੇਰੇ ਨਾਲ ਸਪੈਸ਼ਲ, ਹਾਂ ਜੇਹਲਮ ਤੋਂ ਉਹਨਾਂ ਨੂੰ ਇਨਵਾਈਟ ਕੀਤਾ। ਔਰ ਇਹ ਜਿਹੜੀ ਪਾਣੀ ਦੀ ਬੰਨ ਸੀ ਇੱਥੋਂ ਬਕਾਇਦਾ ਤੌਰ 'ਤੇ ਥੱਲੇ ਉਤਰਿਆ ਜਾਂਦਾ ਸੀ, ਇੱਥੋਂ ਥੱਲੇ ਉਤਰ ਕੇ ਇਹਦੇ 'ਚ ਇਸ਼ਨਾਨ ਕੀਤਾ ਜਾਂਦਾ ਸੀ। ਜਿੱਥੇ ਕੋਈ ਪਾਬੰਦੀ ਨਹੀਂ ਸੀ, ਹਰ ਧਰਮ ਹਰ ਮਜ਼ਹਬ ਦਾ ਚਰਿੰਦ ਪਰਿੰਦ ਔਰ ਇਨਸਾਨ ਤਮਾਮ ਲੋਕ ਇੱਥੇ ਜਿਹੜੇ ਸਨ ਉਹ ਆਉਂਦੇ ਸਨ। ਇਹ ਜਿਹੜਾ ਟਾਊਨ ਹੈ ਅੰਬ ਹੈ, ਅੰਬ ਜਿਹੜਾ ਸੀ ਚਕਵਾਲ ਤੋਂ ਸੁਆਵੇ ਰੋਡ 'ਤੇ ਵੇ ਜੇਹਲਮ ਰੋਡ ਦੇ ਉੱਤੇ ਵੇ ਕਿੰਨੀ ਵੱਡੀ ਪਾਣੀ ਦੀ ਬੰਨ ਹੈ ਔਰ ਕਿੰਨੀ ਖੂਬਸੂਰਤ ਜਗ੍ਹਾ ਹੈ। ਸਕੂਨ ਹੀ ਸਕੂਨ ਹੈ ਇੱਥੇ। ਔਰ ਇਹਨਾਂ ਨੂੰ ਦੇਖੋ, ਬੋੜਾਂ ਨੂੰ ਕਿੰਨਾ ਸੋਹਣੇ ਤਰੀਕੇ ਨਾਲ ਪ੍ਰਿਜ਼ਰਵ ਕੀਤਾ ਗਿਆ ਕਿ ਅੱਜ ਤੱਕ ਇਹਨਾਂ ਦੀ ਇੱਕ ਡਾਲ ਵੀ ਖੁਸ਼ਕ ਨਹੀਂ ਹੋਈ ਹੈ। ਮੇਰਾ ਸੋਹਣਾ ਪੰਜਾਬ, ਮੇਰਾ ਵਸਦਾ ਪੰਜਾਬ, ਮੇਰਾ ਰੰਗਲਾ ਪੰਜਾਬ, ਮੇਰਾ ਸਿੱਧਾ ਸਾਦਾ ਪੰਜਾਬ, ਅੱਜ ਵੀ ਮੇਰੇ ਪੰਜਾਬ ਦੇ ਉਹੀ ਰੰਗ ਨੇ, ਅੱਜ ਵੀ ਮੇਰੇ ਪੰਜਾਬ ਦੇ ਉਹੀ ਨਿਸ਼ਾਨ ਨੇ। ਮੈਂ ਨਾ ਖੁਰਿਆਂ ਨੂੰ ਨੱਪਦਾ ਨੱਪਦਾ ਅੱਜ ਇਹਨਾਂ ਜਗ੍ਹਾ 'ਤੇ ਆ ਪਹੁੰਚਿਆ ਵਾਂ। ਵਾਈ ਵਾਈ ਵਾਈ, ਓਹੋ ਹਾਂਜੀ, ਕਿਆ ਛਿੱਕਣਾ ਮੈਂ ਫੋਟੋਆਂ ਛਿੱਕਣਾ, ਫੋਟੋਆਂ ਛਿਪਣ ਛਿੱਕਣਾ ਪਿਆ। ਇਹ ਦੇਖੋ ਇਸ ਬੋਰਡ ਦੀ ਉਮਰ ਕੋਈ 400 ਸਾਲ ਤੋਂ ਜ਼ਿਆਦਾ ਹੈ। ਬਹੁਤ ਹੀ ਖੂਬਸੂਰਤ ਹੈ। ਵਾਹਿਦ ਬੋਰਡ ਨਜ਼ਰ ਆ ਰਹੇ ਨੇ ਮੈਨੂੰ ਜਿਨ੍ਹਾਂ ਦੀ ਇੱਕ ਡਾਲ ਵੀ ਅੱਜ ਤੱਕ ਖੁਸ਼ਕ ਨਹੀਂ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਨਾਲ, ਸੇਵ ਗੁਰਦੁਆਰਾ ਦਾ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ ਪੈਨ ਪਿਸ਼ਾਵਰ ਸਿੰਘ, ਔਰ ਇਹ ਹੈ ਮੇਰਾ ਪਾਕਿਸਤਾਨ ਗਰੁੱਪ ਹੈ ਪਿਆਰਾ ਨਨਕਾਣਾ ਸਾਹਿਬ। ਜੁਆਇਨ ਕਰੋ, ਦੇਖਦੇ ਰਹੋ, ਲਾਈਵ ਗੱਲਬਾਤ ਕਰੋ, ਤੁਹਾਨੂੰ ਜ਼ਰੂਰ ਮਜ਼ਾ ਆਏਗਾ। ਸਾਰੇ ਹਿਸਟੋਰੀਅਨ ਇਕੱਠੇ ਹੋ ਕੇ ਦੁਨੀਆਂ ਦੀ ਮਾਲੂਮਾਤ ਫਰਾਹਮ ਕਰਨੇ ਹਾਂ ਪੰਜਾਬ ਨੂੰ, ਪੰਜਾਬ ਦੀ ਮਾਲੂਮਾਤ ਫਰਾਹਮ ਕਰਨੇ ਹਾਂ ਦੁਨੀਆਂ ਨੂੰ। ਇਹ ਕੂ ਕੂ ਕਰਦੀ ਪੰਜਾਬੀ ਕੋਇਲ ਜਿਹੜੀ ਹੈ, ਵਾਹ। ਬਹੁਤ ਮਜ਼ਾ ਆ ਰਿਹਾ, ਦਿਲ ਨਹੀਂ ਕਰਦਾ ਇੱਥੋਂ ਜਾਣ ਨੂੰ, ਲੇਕਿਨ ਮੰਜ਼ਿਲ ਲੱਗੀ ਹੈ। ਹੁਣ ਸਮਝ ਆਈ ਹੈ ਕਿ ਜਿਹੜੇ ਲੋਕ ਇੱਥੋਂ ਗਏ ਨੇ ਉਹ ਇਸ ਥਾਂ ਨੂੰ ਕਿਉਂ ਰੋਂਦੇ ਨੇ ਅੱਜ ਵੀ, ਕਿੰਨਾ ਸਰੂਰ ਹੈ, ਕਿੰਨਾ ਮਜ਼ਾ ਹੈ। ਇਹ ਆ ਗਏ ਡੰਗਰ ਪਾਣੀ ਵਿੱਚ ਨਹਾਉਣੇ ਵਾਸਤੇ, ਪਾਣੀ ਪੀਣੇ ਵਾਸਤੇ। ਤੁਸੀਂ ਦੇਖ ਰਹੇ ਹੋ ਪਿੰਡ ਅੰਬ ਸੁਆਵੇ ਤੋਂ ਚੱਕਵਾਲ ਰੋਡ 'ਤੇ ਹੈ, ਔਰ ਦੋ ਬੋਰਡਾਂ ਲਈ ਬੰਨ ਹੈ। ਗੂੜੀਆਂ ਅਤੇ ਠੰਡੀਆਂ ਛਾਵਾਂ ਮੇਰੇ ਪੰਜਾਬ ਦੀਆਂ, ਸਭ ਰੰਗ ਮੇਰੇ ਪੰਜਾਬ ਦੇ।
ਇਹ ਪਸ਼ੂ ਪਾਣੀ ਪੀਂਦੇ ਕੀ ਗੱਲ ਹੈ, ਉਹਨਾਂ ਲੋਕਾਂ ਨੂੰ ਦਵਾ ਨਾ ਦਿੰਦੇ ਹੋਣਗੇ ਜਿਹਨੇ ਜਗ੍ਹਾ ਬਣਾਈਆਂ, ਜਿਹਨੇ ਸਾਰਾ ਕੁਛ ਆਬਾਦ ਕੀਤਾ। ਇਹ ਪਰਿੰਦੇ, ਇਹ ਕੋਇਲਾਂ ਜਿਹੜੀਆਂ ਕੂਕੂ ਕਰਦੀਆਂ ਨੇ, ਕੀ ਗੱਲ ਇਹ ਦਵਾ ਨਾ ਦਿੰਦੀਆਂ ਹੋਣਗੀਆਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਸਭ ਮੇਵੇ ਉਹਨਾਂ ਵਾਸਤੇ ਲਾਏ, ਇਹ ਜਗ੍ਹਾ ਉਹਨਾਂ ਵਾਸਤੇ ਬਣਾਈਆਂ, ਇਹ ਖੂਬਸੂਰਤੀ, ਇਹ ਸਾਰਾ ਕੁਛ ਉਹਨਾਂ ਵਾਸਤੇ ਰੱਖਿਆ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਸਿੱਖ ਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ, ਜੀ ਹੈ ਮੇਰਾ ਪਾਕਿਸਤਾਨ, ਪਿਸ਼ਾਵਰ ਸਿੰਘ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅੱਜ ਦਾ ਮੇਰਾ ਇਹ ਦਿਨ ਸਿੱਖ ਸੰਗਤ ਦੇ ਨਾਮ ਜੋ ਪਠਵਾਰ ਨੂੰ ਛੋੜ ਕੇ ਗਏ, ਗੁਰਪ੍ਰੀਤ ਆਨੰਦ ਸਾਹਿਬ, ਅਮਰਦੀਪ ਸਾਹਿਬ, ਦੇਸ਼ਪਾਲ ਸਾਹਿਬ, ਸੁਭਾਸ਼ ਰੁਬਰਾ ਸਾਹਿਬ ਔਰ ਜੀਵਨਦੀਪ ਸਾਹਿਬ, ਤਮਾਮ ਵੀਰਾਂ ਦੇ ਨਾਮ। ਮਿਰਜ਼ਾ ਸਾਹਿਬ ਵੀ ਇੰਜੋਏ ਕਰ ਰਹੇ ਨੇ ਖੂਬ,